ਡਾਲਰ ਦੇ ਮੁਕਾਬਲੇ ਰੁਪਏ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਡਾਲਰ ਦੇ ਮੁਕਾਬਲੇ ਰੁਪਇਆ 4 ਪੈਸੇ ਹੇਠਾਂ ਆ ਗਿਆ ਹੈ। ਫਿੱਕੀ ਦੀ 90ਵੀਂ ਸਾਲਾਨਾ ਜਨਰਲ ਮੀਟਿੰਗ ਦੇ ਵਿੱਚ ਬੋਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ FRDI ਸੰਬੰਧੀ ਫੈਲ ਰਹੀਆਂ ਅਫਵਾਹਾਂ ਨੂੰ ਦੂਰ ਕਰਨ ਦੇ ਵਿੱਚ ਫਿੱਕੀ ਦਾ ਅਹਿਮ ਯੋਗਦਾਨ ਪੈ ਸਕਦਾ ਹੈ। ਅੱਜ ਮੋਹਾਲੀ ਦੇ ਵਿੱਚ ਭਾਰਤੀ ਟੀਮ ਦੇ ਵੱਲੋਂ 50 ਓਵਰਾਂ ਦੇ ਵਿੱਚ 4 ਵਿਕਟਾਂ ਗਵਾ ਕੇ 392 ਦੌੜਾਂ ਬਣਾਈਆਂ ਗਈਆਂ। ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ ਦੇ ਵਿੱਚ ਇਤਿਹਾਸ ਰਚਦੇ ਹੋਏ ਇੱਕ ਦਿਨਾ ਮੈਚ ਦੇ ਵਿੱਚ 30 ਦੋਹਰਾ ਸੈਂਕੜਾ ਬਣਾ ਦਿੱਤਾ। ਰੋਹਿਤ ਨੇ 153 ਗੇਂਦਾਂ 'ਤੇ 13 ਚੌਕਿਆਂ 'ਤੇ 12 ਛੱਕਿਆਂ ਦੀ ਮਦਦ ਦੇ ਨਾਲ 208 ਦੌੜਾਂ ਬਣਾ ਕੇ ਨੌਟ ਆਊਟ ਰਹੇ ਨੇ। ਰਣਜੀਤ ਕਤਲ ਕੇਸ ਦੇ ਵਿੱਚ ਪੰਚਕੂਲਾ ਅਦਾਲਤ ਦੇ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ। ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ। ਇਸ ਮੌਕੇ ਹੋਰ ਵੀ ਦੋਸ਼ੀ ਅਦਾਲਤ ਦੇ ਵਿੱਚ ਪਹੁੰਚੇ ਸਨ। ਵਿਜੀਲੈਂਸ ਵੱਲੋਂ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਤੇ ਠੇਕੇਦਾਰਾਂ ਖਿਲਾਫ ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਦਰਜ ਕੇਸ ਦੇ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਬਾਅਦ ਠੇਕੇਦਾਰ ਗੁਰਿੰਦਰ ਸਿੰਘ ਨੇ ਮੋਹਾਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਅਦਾਲਤ ਨੇ ਗੁਰਿੰਦਰ ਨੂੰ 3 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ। ਅੱਜ ਤੜਕੇ ਸੰਘਣੀ ਧੁੰਦ ਕਾਰਨ ਮੱਲਾਂਵਾਲਾ ਮਾਰਗ ਤੇ ਹੋਏ ਸੜਕ ਹਾਦਸੇ ਵਿੱਚ 2 ਸਕੇ ਭਰਾਵਾਂ ਦੀ ਮੌਤ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਯਮੁਨਾਨਗਰ ਦੇ ਵਿੱਚ ਕੀਤੇ ਸਾਂਝੇ ਆਪਰੇਸ਼ਨ ਦੇ ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੌਂਡਰ ਨਾਲ ਜੁੜੇ 3 ਲੋਕਾਂ ਨੂੰ ਪੁਲਿਸ ਨੇ ਕਾਬੂ ਕੀਤਾ। ਸ਼ਸ਼ਰੌਲੀ ਜੰਗਲ ਦੇ ਵਿੱਚ ਇਲਾਕੇ 'ਚ ਵਿੱਕੀ ਗੌਂਡਰ ਦੇ ਲੁਕੇ ਹੋਣ ਦਾ ਸ਼ੱਕ ਸੀ। ਗੌਂਡਰ ਗੈਂਗ ਵੱਲੋਂ ਲੁੱਟੀ ਗਈ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਭਲਕੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਲਈ ਆਖਰੀ ਗੇੜ ਤਹਿਤ ਵੋਟਿੰਗ ਹੋਏਗੀ ਤੇ 18 ਦਸੰਬਰ ਨੂੰ ਨਤੀਜੇ ਆਉਣਗੇ। ਕਾਂਗਰਸ ਦੇ ਨਵੇਂ ਚੁਣੇ ਗਏ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਵਿੱਚ ਭਾਜਪਾ ਖਿਲਾਫ਼ ਗੁੱਸੇ ਦੀ ਲਹਿਰ ਹੈ ਤੇ ਕਾਂਗਰਸ ਇੱਕ ਤਰਫਾ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ। ਟੀਬੀ ਦੇ 27.9 ਲੱਖ ਮਾਮਲੇ, ਇਸ ਰੋਗ ਕਾਰਨ 42.3 ਲੱਖ ਲੋਕਾਂ ਦੀ ਮੌਤ ਤੇ ਪ੍ਰਤੀ 1 ਲੱਖ ਲੋਕਾਂ ਦੇ ਵਿੱਚ 211 ਨਵੇਂ ਵਾਇਰਸਾਂ ਦੇ ਕਾਰਨ ਭਾਰਤ ਇਸ ਵਕਤ ਦੁਨੀਆ ਦੇ ਵਿੱਚ ਟੀਬੀ ਰੋਗੀਆਂ ਦੀ ਸਭ ਤੋਂ ਵੱਡੀ ਗਿਣਤੀ ਵਾਲਾ ਦੇਸ਼ ਬਣ ਗਿਆ। ਭਾਰਤ ਦੇ ਵਿੱਚ ਬਿਨਾਂ ਪਛਾਣ ਵਾਲੇ ਟੀਬੀ ਰੋਗੀਆਂ ਦੀ ਗਿਣਤੀ ਵੀ ਘੱਟ ਨਹੀਂ। ਖਰੜ ਨੇੜੇ ਸੜਕ ਹਾਦਸੇ ਦੇ ਵਿੱਚ 10 ਵੇਟਰ ਜ਼ਖਮੀ ਹੋ ਗਏ। ਉਹ ਲੁਧਿਆਣੇ ਤੋਂ ਵਾਪਸ ਪਰਤ ਰਹੇ ਸਨ। ਇਹ ਲੋਕ ਹਿਮਾਚਲ ਪ੍ਰਦੇਸ਼ ਦੇ ਚੰਬਾ ਖੇਤਰ ਨਾਲ ਸੰਬੰਧਿਤ ਨੇ।